ਪਾਸੇ 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 ਆਇਓ ਗਰਮੀਆਂ ਚ ਦਿਨੇ ਆਵਾਂਗੇ ਪੱਕਾ ਪੱਕਾ ਬਾਬਾ ਗਰਮੀਆਂ ਚ ਆਵਾਂਗੇ ਬਹੁਤ ਔਖਾ ਹੋਈ ਠੰਡ ਜਿਦਾ ਸੋ ਹੈ ਐਵਰੀਵਨ ਵੈਲਕਮ ਬੈਕ ਟੂ ਮਿਸਟਰ ਮਿਸਿਸ ਨਰੂਲਾ ਯੂਟਿਊਬ ਚੈਨਲ ਸੋ ਆਪਾਂ ਇੱਕ ਹੋਰ ਨਵੇਂ ਵਲੋਗ ਨਾਲ ਆ ਗਿਆ ਅਤੇ ਅੱਜ ਵਾਲਾ ਵਲੋਗ ਹੈਗਾ ਵਾ ਥੋੜ੍ਹਾ ਇੰਟਰਸਟਿੰਗ ਕਿਉਂਕਿ ਮੰਮਾ ਬਾਬਾ ਪਹਿਲੀ ਵਾਰੀ ਕਿਤੇ ਘੁੰਮਣ ਚੱਲਿਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕੈਨੇਡਾ ਦਾ ਸਾਰਿਆਂ ਨਾਲੋਂ ਬੈਸਟ ਸਪੋਟ ਆ ਘੁੰਮਣ ਲਈ ਹੈਗਾ ਨਾਇਗਰਾ ਫੋਲਸ ਨਾਲੇ ਆਪਣੇ ਇੱਥੇ ਨੇੜੇ ਆ ਅਤੇ ਅੱਜ ਅਸੀਂ ਚੱਲੇ ਨਾਇਗਰਾ ਫੋਲਸ ਪਰ ਉਹ ਤੋਂ ਪਹਿਲਾਂ ਦੱਸਦੇ ਕਿ ਠੰਡ ਇੰਨੀ ਜ਼ਿਆਦਾ ਸੀ ਕਿ ਮੋਮ ਡੈਡ ਥੋੜ੍ਹੇ ਥੋੜ੍ਹੇ ਬਿਮਾਰ ਹੋ ਗਿਆ ਪਰ ਕਹਿੰਦੇ ਸੀ ਫਿਰ ਵੀ ਘੁੰਮਣਾ ਇਹ ਦਵਾਈ ਦਵਾਈ ਲੈ ਕੇ ਘੁੰਮਣਾਂਗੇ ਪਰ ਅਸੀਂ ਘੁੰਮਣਾ ਸੋ ਅੱਜ ਆਪਾਂ ਉਹਨੂੰ ਲੈ ਕੇ ਚੱਲੇ ਹਾਂ ਨਾਇਗਰਾ ਫੋਲਸ ਅਤੇ ਉਹਨਾਂ ਨੂੰ ਦਿਖਾਵਾਂਗੇ ਨਾਇਗਰਾ ਫੋਲਸ ਦੀਆਂ ਜਿਹੜੇ ਪਾਣੀ ਵਾਲਾ ਕੀ ਸਿਸਟਮ ਪਰ ਠੰਡ ਹੈਗੀ ਬਾਹਰ ਬਹੁਤ ਜ਼ਿਆਦਾ -3 ਟੈਂਪਰੇਚਰ ਆ ਜਾਣਾ ਚਾਹੀਦਾ ਨਹੀਂ ਪਰ ਕੀ ਕਰ ਸਕਦੇ ਹਾਂ ਹੁਣ ਹੈ ਨਾ ਘੁੰਮਣਾ ਤਾਂ ਹੈਗਾ ਫਿਰ ਕੰਮ ਕਾਰ ਕਰ ਰਹੇ ਹਾਂ ਸੋ ਅੱਜ ਆਪਾਂ ਚੱਲੇ ਹਾਂ ਘੁੰਮਣ ਅਤੇ ਤੁਹਾਨੂੰ ਸਾਰੇ ਦਿਖਾਵਾਂਗੇ ਮੈਂ ਤਾਂ ਹੋ ਚੁੱਕਾ ਰੈਡੀ ਅਤੇ ਬਾਕੀ ਸਾਰੇ ਜਣੇ ਹੁੰਦੇ ਪਏ ਰੈਡੀ ਪਹਿਲਾਂ ਖਾ ਲਈਏ ਕਿਉਂਕਿ ਪਾਪਾ ਬਣਾਉਂਦੇ ਪਏ ਸੀ ਕੁਛ ਖਾਣ ਨੂੰ ਮੈਂ ਤੁਹਾਨੂੰ ਵੀ ਦਿਖਾਉਂਦਾ ਕੀ ਬਣਾਇਆ ਖਾਣ ਨੂੰ ਅਤੇ ਚਲੋ ਇਹ ਹੈਗਾ ਸਾਡਾ ਓਰੀਓ ਓਰੀਓ ਹੈਲੋ ਕਰ ਦੋ ਕਿ ਹੈਲੋ ਮੂੰਹ ਤਾਂ ਬੇੜੀ ਫਿਰਦਾ ਚਲੋ ਅਸੀਂ ਖਾਣਾ ਓਰੀਓ ਕਹਿੰਦੇ ਸੀ ਜਿੰਨੇ ਮਰਜ਼ੀ ਬਿਮਾਰ ਹੋ ਜਾਈਏ ਪਰ ਅਸੀਂ ਖਾਣਾ ਪੀਣਾ ਬਣਾਉਣਾ ਨਹੀਂ ਛੱਡਣਾ ਹੈ ਨਾ ਹੁਣ ਤੁਸੀਂ ਠੀਕ ਹੋ ਸਰ ਤੁਹਾਡੇ ਲਈ ਮੈਂ ਠੀਕ ਹਾਂ ਮੈਂ ਤਾਂ ਆਪ ਕਹਿ ਕੇ ਹਟਿਆ ਕਹਿੰਦੇ ਘੁੰਮਣਾ ਹੀ ਆ ਭਾਵੇਂ ਬਿਮਾਰ ਹੋਈਏ ਲਓ ਜੀ ਅੱਜ ਘਰੇ ਬਣਿਆ ਵਾ ਕੀ ਬਣਿਆ ਆਪਾਂ ਇਹ ਰੈਪ ਬਣਾਏ ਆਪਾਂ ਰੋਟੀ ਰੈਪ ਜਿਹਦੇ ਵਿੱਚ ਸਾਰੀਆਂ ਸਬਜ਼ੀਆਂ ਵਧੀਆ ਵਧੀਆ ਮੈਨੂੰ ਪਤਾ ਕਿੰਨੇ ਜਣੇ ਦੇ ਕਮੈਂਟ ਆਉਂਦੇ ਆ ਕਿ ਸਾਡਾ ਵੀ ਖਾਣ ਦਾ ਦਿਲ ਕਰਦਾ ਹੁੰਦਾ ਮੈਂ ਕਹਿ ਦਿੰਦਾ ਜਿਹਨੇ ਖਾਣਾ ਆ ਜਾਓ ਪਰਸਨਲੀ ਮੈਸੇਜ ਕਰ ਲਓ ਉਹਨਾਂ ਨੂੰ ਪਰਸਨਲੀ ਐਡਰੈਸ ਦੇ ਦਾਂਗੇ ਅਤੇ ਆ ਕੇ ਖਾਓ ਆਰਾਮ ਨਾਲ ਅਤੇ ਆਹ ਦੇਖੋ ਮੈਡਮ ਤੁਸੀਂ ਖਾ ਲਿਆ ਤੁਸੀਂ ਖਾ ਲਿਆ ਕਿ ਨਹੀਂ ਖਾ ਲਿਆ ਦੱਸੋ ਨਰੂਲਾ ਕਿਚਨ ਤੁਹਾਡਾ ਸਵਾਗਤ ਹੈ ਜਿਹਨੇ ਵੀ ਖਾਣਾ ਖਾਓ ਦੇਖੋ ਬਾਹਰੋਂ ਇਹ ਜਿਹਾ ਤੁਹਾਨੂੰ ਮਿਲਣਾ ਵੀ ਓਹੋ ਠੀਕ ਆ ਜੀ ਓਰੀਓ ਤੂੰ ਖਾ ਲਿਆ ਓਏ ਓਏ ਓਰੀ ਚਲੋ ਮੈਂ ਖਾ ਲਿਆ ਵਾ ਮੇਰਾ ਆ ਇਹਦਾ ਚੌਥਾ ਸੀਗਾ ਹਣਾ ਖਾ ਲਿਆ ਖਾ ਮੇਰਾ ਅੱਛਾ ਤੇ ਆਹ ਹੈੜੀ ਦਾ ਲੈ ਲੈ ਜੀ ਸਤਿ ਸ੍ਰੀ ਅਕਾਲ ਲਓ ਜੀ ਸਾਰਿਆਂ ਨੇ ਹੋ ਗਿਆ ਰੈਡੀ ਅਤੇ ਰੈਡੀ ਹੋ ਕੇ ਆਪਾਂ ਚੱਲੇ ਹਾਂ ਹੁਣ ਨਾਇਗਰਾ ਅਤੇ ਸਾਰਿਆਂ ਨੇ ਆਉਂਦੇ ਪਏ ਆ ਮੈਂ ਓਰੀਓ ਦੀ ਲੈਣ ਗਿਆ ਸੀ ਫੀਡ ਉਹ ਹੋ ਫੀਡ ਤਾਂ ਗੱਡੀ 'ਚ ਹੀ ਰਹਿ ਗਈ ਆਪਾਂ ਉਹ ਜਿਹਦੀ ਫੀਡ ਫੜਾ ਦਈਏ ਸੱਚਣਾ ਥੋੜ੍ਹੀ ਥੋੜ੍ਹੀ ਸਨੋਅ ਪੈਂਦੀ ਪਈ ਆ ਅਤੇ ਸਨੋਅ ਪੈ ਰਹੀ ਹੈ ਅਤੇ ਜਾਣਾ ਤਾਂ ਆਪਾਂ ਹੈ ਪਰ ਕੰਮ ਔਖਾ ਵੈਦਰ ਖਰਾਬ ਹੋਈ ਜਾਂਦਾ ਪਰ ਜਾ ਕੇ ਦੇਖੋ ਆਪਾਂ ਘੁੰਮ ਸਕਦੇ ਹਾਂ ਕਿ ਨਹੀਂ ਕਿਉਂਕਿ ਮੰਮਾ ਆਪਾਂ ਬਹੁਤ ਜ਼ਿਆਦਾ ਬਿਮਾਰ ਸੀਗੇ ਪਰ ਹੁਣ ਠੀਕ ਹੋ ਗਏ ਬਿਕੋਜ਼ ਉਹਨਾਂ ਨੇ ਮੈਡੀਸਨ ਵਗੈਰਾ ਲੈ ਲਈ ਅੱਗੇ ਨਾਲੋਂ ਤਾਂ ਬਹੁਤ ਫਰਕ ਆ ਪਰ ਫਿਰ ਵੀ ਠੰਡ ਹੈਗੀ ਜ਼ਿਆਦਾ ਬਟ ਕਹਿੰਦੇ ਘੁੰਮਣਾ ਕਿਉਂਕਿ ਦੀਦੀ ਨੇ ਵਾਪਸ ਇੰਡੀਆ ਜਾਣਾ ਸੀ ਤਾਂ ਕਰਕੇ ਬਾਕੀ ਦੇਖੋ ਹੁਣ ਕੀ ਬਣਦਾ ਆਉਂਦੇ ਪਏ ਸਾਰਿਆਂ ਨੇ ਫਿਰ ਮੈਂ ਤੁਹਾਨੂੰ ਸਾਰਿਆਂ ਨਾਲ ਮਿਲਾਉਣਾ ਓਕੇ ਇੱਦੀ ਬਣੇ ਰਹੋ ਲਓ ਜੀ ਸਰ ਰਿਤ ਜੀ ਆ ਗਏ ਨੇ ਰਿਤ ਜੀ ਸਤਿ ਸ੍ਰੀ ਅਕਾਲ ਚੱਲਦੇ ਆ ਉਹ ਵੀ ਵੀਡੀਓ ਬਣਾ ਲੈਣਗੇ ਲਓ ਜੀ ਜੀਜੇ ਜੀ ਵੀ ਆ ਗਏ ਨੇ ਅਸੀਂ ਰੈਡ ਰੈਡ ਬਣੇ ਪਏ ਹਾਂ ਇਦਾਂ ਹੀ ਆ ਮੇਰਾ ਜੀ ਜੀ ਸਤਿ ਸ੍ਰੀ ਅਕਾਲ ਲਓ ਜੀ ਸਾਰਿਆਂ ਨੇ ਤਿਆਰ ਹੋ ਗਏ ਆ ਦੇਖੋ ਪਾਪਾ ਨੂੰ ਇੰਨੀ ਠੰਡ ਲੱਗਦੀ ਤੇ ਬੱਚਾ ਦੇਖੋ ਕੀ ਬਣੇ ਹੋਇਆ ਪਾਪਾ ਕੈਨੇਡਾ ਕਿਵੇਂ ਦਾ ਲੱਗਿਆ ਠੰਡ ਆ ਠੀਕ ਆ ਠੀਕ ਆ ਚਲੋ ਓਏ ਹੋਏ ਹੋਏ ਪਾਸੇ 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 ਆ ਜਾਓ ਆ ਗਈ ਯਾਰ ਅਸੀਂ ਨਿਕਲ ਚੁੱਕੇ ਹਾਂ ਨਾਇਗਰਾ ਫਾਲਸ ਲਈ ਮੰਮਾ ਅੱਜ ਤੁਹਾਨੂੰ ਅਸੀਂ ਲੈ ਕੇ ਚੱਲੇ ਹਾਂ ਨਾਇਗਰਾ ਫਾਲਸ ਇੱਥੋਂ ਦੀ
ਫੇਮਸ ਇੱਥੋਂ ਦਾ ਫੇਮਸ ਸਪੌਟ ਆ ਕਿਉਂਕਿ ਉੱਥੇ ਸਾਰੇ ਜਾਣੇ ਜਾਂਦੇ ਜਦੋਂ ਨਵੇਂ ਨਵੇਂ ਆਉਂਦੇ ਆ ਠੀਕ ਆ ਦੀ ਤੁਹਾਨੂੰ ਸਾਰਾ ਪਤਾ ਰੱਜੀ ਸਾਨੂੰ ਪਤਾ ਐਂ ਕਰੋ ਰੱਜੀ ਦੀ ਨੂੰ ਤੋੜ ਕੇ ਭੇਜ ਦੇ ਨੂੰ ਫਿਰ ਨਹੀਂ ਗਈ ਸਾਡੇ ਆਇਆ ਤੇ ਗਈ ਵਿਚਾਰੀ ਸਾਡੀ ਵੇਟ ਕਰਦੀ ਸੀ ਹਣਾ ਆ ਦੇਖੋ ਆ ਦੇਖੋ ਆ ਦੇਖੋ ਹੋ ਜੀ ਅਸੀਂ ਪਹੁੰਚ ਗਏ ਨਾਇਗਰਾ ਫਾਲਸ ਮੈਂ ਠੰਡ ਕਿੰਨੀ ਕਾ ਹੈਗੀ ਠੰਡ ਕਿ ਨਹੀਂ ਲੱਗਦੀ ਪਈ ਆ ਕੁਛ ਖਾਣ ਲਈ ਰੁਕਿਆ ਸੀ ਮੈਕਡੋਨਲਡਸ ਤੋਂ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਸੀ ਨੋਨ ਵੈਜ ਨਹੀਂ ਖਾਂਦੇ ਸੋ ਸਾਨੂੰ ਫਰਾਈਜ਼ ਹੀ ਖਾਣੀ ਪੈਣੀ ਸਿਰਫ ਖਾ ਲਾਂਗੇ ਕੋਈ ਨਾ ਜੀ ਤੁਹਾਡੇ ਫਰਾਈਜ਼ ਕਿਵੇਂ ਦੇ ਲੱਗੇ ਤੁਹਾਡੇ ਫਰਾਈਜ਼ ਬਹੁਤ ਗਰਮ ਆ ਫਰਾਈਜ਼ ਖਾਣੇ ਆ ਉਹ ਵੀ ਮਿਲ ਜੂਗੇ ਹੁਣ ਆਪਾਂ ਦੱਸੋ ਕਿੱਧਰ ਨੂੰ ਜਾਣਾ ਬੋਲੋ ਨਾਇਗਰਾ ਆਪਾਂ ਆ ਚੁੱਕੇ ਆ ਜਾਣਾ ਕਿੱਥੇ ਆ ਪਹਿਲਾਂ ਇਹਨਾਂ ਨੂੰ ਫਾਲਸ ਦਿਖਾ ਦਈਏ ਨਾਇਗਰਾ ਫਾਲਸ ਓਕੇ ਤੁਹਾਨੂੰ ਸੀ ਨਾਇਗਰਾ ਫਾਲਸ ਹਾਂਜੀ ਹਾਂਜੀ ਤੁਹਾਨੂੰ ਉਹ ਜੀ ਥਾਂ ਤੇ ਲੈ ਕੇ ਜਾਣਾ ਜਿੱਥੇ ਠੰਡ ਨਾ ਲੱਗੇ ਸੈਂਟਰ ਵਾਲੇ ਉਹ ਪਲੀਜ਼ ਇਹ ਲੈ ਲਓ ਓਕੇ ਥੈਂਕ ਯੂ ਗੋ ਮਮਾ ਮੈਨੂੰ ਥੈਂਕ ਯੂ ਬਟੇ ਥੈਂਕ ਯੂ ਸੋ ਮਚ ਦੀਦੀ ਤੁਸੀਂ ਵੀ ਕੋ ਕੀ ਉਹ ਦੇਖੋ ਖਾ ਕੇ ਕਹਿੰਦੇ ਕੀ ਪਾਪਾ ਬਹਿ ਜਾਓ ਉੱਥੇ ਜਾ ਕੇ ਆ ਪਹੁੰਚ ਚੁੱਕੇ ਨਾ ਨਹੀਂ ਆਪਣੇ ਨੂੰ ਕਾ ਤੁਰਿਆ ਹੁੰਦਾ ਬਈ ਨਹੀਂ ਨਹੀਂ ਲੰਘ ਗਿਆ ਉਧਰ ਅਰੇ ਆਉਣਾ ਕੜਕਣ ਆ ਦੇਖੋ ਬਾਈ ਇੱਥੇ ਆਉਣਾ ਸਪੀਡਵੇ ਨਾ ਇਹਦਾ ਬਾਪਾ ਰਾਈਟ ਸਾਈਡ ਦੇਖੋ ਸ਼ੀਸ਼ਾ ਥੱਲੇ ਕਰਾ ਦੋ ਦੇਖ ਲੈ ਦੇਖ ਲੈ ਦੇਣਾ ਦੇਣਾ ਆਪਣੇ ਠੰਡ ਲੱਗੂਗੀ ਨਾ ਬਾਕੀ ਨੇ ਤਾਂ ਬਹੁਤ ਜਣੇ ਨੇ ਸਾਡੇ ਬਲੌਗ ਦੇਖਿਆ ਪਰ ਆਪਾਂ ਮੰਮਾ ਪਾਪਾ ਦੇ ਰਾਈਟ ਜਾਣਾ ਰਾਈਟ ਆ ਜਾਂ ਰਾਈਟ ਓਕੇ ਓਕੇ ਬ੍ਰੋ ਆ ਜ਼ੋਂਬੀ ਅਟੈਕ ਹੋ ਗਿਆ ਕਹਿੰਦੇ ਪਏ ਆ ਦੀਦੀ ਤੁਸੀਂ ਨਾ ਬੇਇੱਜ਼ਤੀ ਨਾ ਕਰੋ ਨਾਇਗਰਾ ਫਾਲਸ ਦੀ ਦੀਦੀ ਕਹਿੰਦੇ ਸਾਡਾ ਸ਼ਿਮਲਾ ਇਦੋਂ ਵਧੀਆ ਤੁਹਾਡੇ ਨਾਇਗਰਾ ਸ਼ਿਮਲੇ ਵਾਲੀ ਵਾਈਬ ਮੇਰੇ ਆਏ ਪਾਜੀ ਰੀਤ ਹਾਂਜੀ ਹਾਂਜੀ ਗੱਡੀਆਂ ਦੇ ਨਾਮ ਦੇ ਦਿੰਦੇ ਆ ਮੈਂ ਦੱਸ ਤੁਸੀਂ ਆਇਓ ਤਾਂ ਆਪਾਂ ਨੂੰ ਗੱਡੀ ਨਹੀਂ ਲਾਉਣ ਦੇਣਗੇ ਕਿ ਮੇਰੀ ਭੈਣ ਆ ਕਿਉਂ ਗਿਆ ਲੋ ਜੀ ਅਸੀਂ ਨਾਇਗਰਾ ਫਾਲਸ ਪਹੁੰਚ ਗਏ ਆ ਮੋਹ ਦੇਖੋ ਤੇ ਹਣਾ ਸੁਣ ਲੈ ਸਾਡੀ ਵੀਡੀਓ ਬਣਾਈ ਮੇਰੇ ਤੇ ਬਿੰਦੂ ਦੀ ਉੱਧਰ ਜਾ ਕੇ ਬਣਾ ਦਿੰਨੇ ਸਰ ਐਦਾਂ ਹੀ ਮੂੰਹ ਟੱਕ ਕੇ ਰੱਖਿਓ ਠੀਕ ਆ ਐਦਾਂ ਹੀ ਬਣਾਉਣੀ ਹਾਏ ਰੀਤ ਕਿਵੇਂ ਹੋ ਤੁਸੀਂ ਤੁਸੀਂ ਰੀਤ ਨੇ ਰੋਲ ਆਉਣਾ ਵਾਓ ਮੇਲੀ ਦੀ ਦਿਨ ਚ ਦੇਖਿਆ ਨਾ ਇੰਨਾ ਵਧੀਆ ਹਨਾ ਕੋਈ ਆਣਾ ਦੀ ਜਮਾ ਨਹੀਂ ਸਮਝਦਾ ਨਾ ਇਹ ਬੰਦਾ ਓ ਮਾਈ ਗॉड ਹੈ ਗੱਲ ਕਰੋ ਪਾਪਾ ਥੋੜਾ ਧੱਕਾ ਮਾਰ ਕੇ ਸੈਡ ਦੋ ਮੰਮਾ ਨੂੰ ਹਾਂਜੀ ਗਰਮੀਆਂ ਚ ਦਿਨੇ ਆ ਪੱਕਾ ਪੱਕਾ ਪਾਪਾ ਗਰਮੀਆਂ ਚ ਆਵਾਂਗੇ ਇੱਕ ਵਾਰੀ ਸਰਦੀਆਂ ਇੰਜੋਏ ਕਰੋ ਹੁਣ ਗਰਮੀਆਂ ਚ ਆਵਾਂਗੇ ਠੀਕ ਆ ਪਾਪਾ ਕਹਿੰਦੇ ਅੰਦਰ ਤਾਂ ਜਾਓ ਕਹਿੰਦੇ ਖਾਲੀ ਦੱਸੀ ਕਿੰਨਾ ਡੂੰਗਾ 100 ਫੁੱਟ ਡੂੰਗਾ 100 ਫੁੱਟ ਵੱਧ ਹੀ ਹੋਣਾ ਦੀਦੀ ਜਲਦੀ ਕਰੋ ਅਸੀਂ ਮੂਰਤੀ ਪਹੁੰਚਦੇ ਹਾਂ ਜਾਓ ਥੱਲੇ ਇੱਥੇ ਯਾਰ ਠੰਡ ਚੋਣਾ ਤਾਂ ਬਹੁਤ ਔਖਾ ਮੰਮਾ ਕਿਵੇਂ ਲੱਗਾ ਤੁਹਾਨੂੰ ਬਹੁਤ ਔਖਾ ਹੋਈ ਠੰਡ 'ਚ ਤਾਂ ਔਖਾ ਹੋ ਜਾਂਦਾ ਦੀਦੀ ਘਰ ਚੱਲੀਏ ਜਲਦੀ ਲੈ ਕੇ ਜਾਵਾਂ ਤੁਹਾਨੂੰ ਘਰੇ ਇੰਨੀ ਵਾਰ 'ਚ ਵੀ ਨੰਗ ਕੇ ਆਇਆ ਨਹੀਂ ਇਹਨੂੰ ਇਹਨੂੰ ਆਣ ਦੀ ਕਾਲੀ ਸੀ ਮੇਰਾ ਨਕਲਾ ਲੈ ਦੇਵਾਂ ਤੁਹਾਨੂੰ ਆ ਵਾਲਾ ਵਧੀਆ ਲੱਗਿਆ ਕਿ ਉਹ ਵਾਲਾ ਵਧੀਆ ਲੱਗਿਆ ਇਹਦਾ ਦਿਲ ਉਹੀ ਕੰਮ ਪਹਾੜਾਂ ਵਾਲਾ ਮੈਗੀ ਖਾਣੀ ਵਾਪਸ ਲੈ ਕੇ ਜਾਓ ਸ਼ਿਮਲੇ ਘੁਮਾ ਕੇ ਲਿਆਓ ਉੱਥੇ ਨਾ ਲੈ ਕੇ ਆਓ ਸਮਰੀਤ ਫਿਰ ਵੀ ਇੰਡੀਆ ਤੋਂ ਤਾਂ ਯਾਦ ਆਉਂਦੀ ਹੋਈ ਹੈ ਨਾ ਹਣਾ ਵੀ ਹਣਾ ਦੇ ਜੀ ਤੋਂ ਜਾਮ ਮੈਗੀ ਖਾਣ ਨੂੰ ਦਿਲ ਕਰਦਾ ਪਿਆ ਕੀ ਆ ਅੰਟੂ ਨੂੰ ਇਹ ਆਈਡੀ ਕਿਹੜੀ ਆ ਸਮਰੀਤ ਦੇਖੀ
ਹੁਣ ਅਸੀਂ ਖੇਡਣਾ ਆਏ ਵੀਰੇ, ਕੀ ਖੇਡੋਗੇ? ਪਹਿਲਾਂ ਆਪਾਂ ਰਿੰਗ ਪਾਵਾਂਗੇ। ਓ ਮਾਈ ਗੋਡ, ਰਿੰਗ ਟੋਸ, ਰਿੰਗ ਟੋਸ। ਕੀ ਖੇਡਣਾ ਪਸੰਦ ਕਰੋਗੇ? ਰਿੰਗ ਟੋਸ। ਦੀਦੀ ਕੀ ਖੇਡਣਾ ਪਸੰਦ ਕਰੋਗੇ? ਮੂੰਹ ਦੇਖੋ, ਕਦੇ ਹੱਸ ਵੀ ਪਿਆ ਕਰੋ। You have what it takes to be an NFL quarterback. ਜਿੱਤੂ ਕੋਈ ਕਿ ਨਹੀਂ? ਚਲ 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 ਪਾਸੇ ਮੁਬਾਰਕਾਂ ਨਵੇਂ ਮੋਟਰਸਾਈਕਲ ਦੀਆਂ। ਰੇਸ ਲਾ ਦੇ, ਖਿੱਚ ਕੇ ਰੱਖੀ। ਵਾਹ ਮੇਰੇ ਬੇਟੇ, ਤੂੰ ਕਰ ਸਕਦਾ ਮੇਰੇ ਬੇਟੇ, ਕਰ ਸਕਦਾ। ਵਾਹ ਬੇਟੇ ਵਾਹ ਵਾਹ, ਤੇਰਾ ਵੀ ਦੇ ਦੇ। ਆਜਾ ਆਜਾ ਚੱਲ ਮੇਰਾ ਬੇਟਾ, ਚੱਲ ਚੱਲ ਮੇਰਾ ਬੇਟਾ। ਚੱਲ ਸਾਰੇ ਗਏ, ਸਾਰੇ ਗਏ। ਹੋਲੀ ਹੋਲੀ ਜਾਓ, ਡਿੱਗਣਾ ਪੈਣ ਬਸ। ਚਲੋ ਲਓ ਜੀ, ਸਾਰਿਆਂ ਨਾਲੋਂ ਉੱਪਰ ਮੈਂ ਜਾ ਰਿਹਾ। ਹਾਂਜੀ ਹਾਂਜੀ, ਜਿੱਤਣਾ ਤਾਂ ਮੈਂ ਹੀ ਆ ਦੀਦੀ, ਮੈਂ ਹੀ ਜਿੱਤੂੰਗਾ। ਮੈਂ ਅਸੀਂ ਖਾਵਾਂਗੇ ਰੋਟੀ, ਕੀ ਭੁੱਖ ਲੱਗ ਚੁੱਕੀ ਹੈ ਬਹੁਤ ਜ਼ਿਆਦਾ। ਕਿੱਥੇ ਆਏ ਆਪਾਂ? ਸਾਰਿਆਂ ਨੂੰ ਜ਼ਰੂਰ ਆਓ ਹੈ ਨਾ। ਬਸ ਕਰ ਇਹਨਾਂ ਨਾਲ ਸਾਰਾ ਦੇ। I will eat chalip puree. I don't fuck. ਸੋ ਇਹ ਸੀਗਾ ਸਾਡਾ ਨਾਇਗਰਾ ਦਾ ਪੂਰਾ ਵਲੌਗ। ਜੇ ਤੁਹਾਨੂੰ ਵਧੀਆ ਲੱਗਿਆ ਤਾਂ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰ ਦਿਓ, ਅਤੇ ਹੋਰ ਵਲੌਗ ਦੇਖਣ ਲਈ ਸਬਸਕ੍ਰਾਈਬ ਵੀ ਕਰ ਲਓ। ਅਤੇ ਇੱਦਾਂ ਹੀ ਫੈਮਿਲੀ ਵਲੌਗਸ, ਨਵੇਂ ਨਵੇਂ ਵਲੌਗ ਆਉਂਦੇ ਰਹਿਣਗੇ ਮੰਮਾ ਪਾਪਾ ਦੇ ਨਾਲ, ਕਿਉਂਕਿ ਹੁਣ ਸਾਰੀ ਫੈਮਿਲੀ ਇੱਥੇ ਇਕੱਠੀ ਹੋ ਗਈ ਹੈ। ਥੋੜ੍ਹੀ ਜਿਹੀ ਇੰਡੀਆ ਰਹਿੰਦੀ ਉਹ ਵੀ ਇੱਥੇ ਆ ਜੂਗੀ। ਸੋ ਇੱਦਾਂ ਹੀ ਸਾਨੂੰ ਪਿਆਰ ਕਰਦੇ ਰਹੋ। ਥੈਂਕ ਯੂ ਸੋ ਮੱਚ।